ਸਤਿਕਾਰ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂਰ, ਜਾਣਾ ਲੋਕ ਨਾਮ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਕੱਲ ਜੋ ਰਫੜ ਪਿਆ ਤੇ ਉਹ ਰਫੜ ਅੱਜ ਵੀ ਚੱਲਣਾ ਹੈ। ਪੰਜਾਬ ਸਰਕਾਰ ਦੇ ਵੱਲੋਂ ਬੁਲਾਇਆ ਗਿਆ ਵਿਸ਼ੇਸ਼ ਸਦਨ ਇਜਲਾਸ ਰੱਦ ਕਰ ਦਿੱਤਾ ਗਿਆ ਰਾਜਪਾਲ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਤੋਂ ਬਾਅਦ ਐਕਸ਼ਨ ਦੇ ਵਿੱਚ ਆ ਗਏ ਨੇ। ਕੀ ਕੁਝ ਕਰ ਰਹੇ ਨੇ, ਅੱਜ ਕੀ ਕੁਝ ਹੋਵੇਗਾ, ਕੀ ਇਸ ਤਰੀਕੇ ਨਾਲ ਸੈਸ਼ਨ ਸਦਨਾ ਜਾਇਜ਼ ਹੈ ਜਾਂ ਨਹੀਂ ਜਾਇਜ਼, ਕੀ ਰਾਜਪਾਲ ਨੇ ਸਹੀ ਕੀਤਾ ਜਾਂ ਨਹੀਂ ਸਹੀ ਕੀਤਾ, ਇਹ ਜਿਹੜੀ ਆ ਪੂਰੀ ਗੱਲਬਾਤ ਤੁਹਾਨੂੰ ਦੱਸਾਂਗੇ। ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਕੁਝ ਕਹਿੰਦੇ ਆ ਕਿ ਸਹੀ ਕੀਤਾ ਕਿ ਆਮ ਆਦਮੀ ਪਾਰਟੀ ਇਦਾਂ ਨਹੀਂ ਸੀ ਕਰ ਸਕਦੀ ਕਿਉਂਕਿ ਪੈਸੇ ਦੀ ਬਰਬਾਦੀ ਹੈ, ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹ ਲੋਕਤੰਤਰ ਦਾ ਘਾਣ ਹੈ। ਅਸਲੀਅਤ ਹੈ ਕੀ ਹੈ ਉਹ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਨਾਲ ਗੱਲਬਾਤ ਕੁਝ ਹੋਰ ਖਬਰਾਂ ਤੇ ਵੀ ਜਿਹੜੀ ਹੈ ਉਹ ਕਰਾਂਗੇ, ਕਿਉਂਕਿ ਕਾਂਗਰਸ ਪ੍ਰਧਾਨ ਬਦਲੋਂ ਲੈ ਕੇ ਵੀ ਤਸਵੀਰ ਜਿਹੜੀ ਹੈ ਸਾਫ਼ ਹੋ ਰਹੀ ਹੈ। ਹੁਣ ਕੌਣ ਕਾਂਗਰਸ ਦਾ ਪ੍ਰਧਾਨ ਹੋਵੇਗਾ ਉਹ ਤੁਹਾਨੂੰ ਦੱਸਾਂਗੇ। ਤਾਂ ਜਿਹੜੀ ਹੈ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਣਖ ਸਾਹਿਬ, ਕੱਲ ਰੱਦ ਕਰ ਦਿੱਤਾ ਗਿਆ ਸੈਸ਼ਨ ਜਿਹੜਾ ਅੱਜ ਕੀਤਾ ਜਾਣਾ ਸੀਗਾ, ਰਾਜਪਾਲ ਦੇ ਵੱਲੋਂ ਸੈਸ਼ਨ ਰੱਦ ਕਰ ਦਿੱਤਾ ਗਿਆ। ਕਹਿੰਦੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਸੈਸ਼ਨ ਨਹੀਂ ਬੁਲਾਇਆ ਜਾ ਸਕਦਾ, ਕਾਨੂੰਨੀ ਰਾਇ ਲਈ ਹੈ ਸੁਖਪਾਲ ਖਹਿਰਾ ਤੇ ਪ੍ਰਤਾਪ ਸਿੰਘ ਬਾਜਵਾ ਤੇ ਅਸ਼ਵਨੀ ਕੁਮਾਰ ਜਿਹੜੇ ਭਾਜਪਾ ਦੇ ਪ੍ਰਧਾਨ ਤੇ ਵਿਧਾਇਕ ਨੇ, ਉਹਨਾਂ ਦੇ ਵੱਲੋਂ ਰਾਜਪਾਲ ਨੂੰ ਚਿੱਠੀ ਲਿਖੀ ਗਈ ਸੀ ਕਿ ਜਿਹੜਾ ਸੈਸ਼ਨ ਜਿਹੜਾ ਸੱਦਿਆ ਜਾ ਰਿਹਾ ਮਹਿਜ ਇੱਕ ਡਰਾਮਾ ਹੈਗਾ, ਇਹ ਪੈਸੇ ਦੀ ਬਰਬਾਦੀ ਹੈ। ਜਦ ਇਹ ਦਮਗਜੇ ਮਾਰ ਰਹੇ ਨੇ ਕਿ ਭਾਈ ਸਾਡੇ ਵਿਧਾਇਕ ਕਿਤੇ ਨੀ ਚੱਲੇ, ਸਾਡੇ ਵਿਧਾਇਕ ਪੂਰੇ ਦੇ ਪੂਰੇ ਆ, ਸਾਡੇ ਵਿਧਾਇਕ ਬੜੇ ਇਮਾਨਦਾਰ ਆ, ਤੇ ਫਿਰ ਇਹ ਜਿਹੜਾ ਕੌਨਫੀਡੈਂਸ ਵਾਲਾ ਮਤਾ, ਭਰੋਸਗੀ ਵਾਲਾ ਮਤਾ ਲੈ ਕੇ ਕਿਉਂ ਆਉਣਾ ਚਾਹੁੰਦੇ ਆ? ਤੇ ਇਹ ਤਾਂ ਉਦੋਂ ਸੱਦਿਆ ਜਾਂਦਾ ਅਣਖੀ ਸਾਹਿਬ ਕਹਿੰਦੇ ਜਦੋਂ ਕੋਈ ਦੋਸ਼ ਲੱਗੇ ਕਿ ਭਾਈ ਸਰਕਾਰ ਦੇ ਕੋਲੇ ਬਹੁਮਤ ਹੈ ਨੀ, ਫਿਰ ਬਹੁਮਤ ਸਪਸ਼ਟ ਕਰੋ, ਫਿਰ ਬਹੁਮਤ ਜਿਹੜੀ ਆ ਸਪਸ਼ਟ ਕੀਤੀ ਜਾਂਦੀ ਆ। ਤੁਹਾਡੇ ਕੋਲੇ 92 ਵਿਧਾਇਕ ਦੇ ਵਿਧਾਇਕ ਪੂਰੇ ਨੇ, ਤੁਸੀਂ ਦਮਕ ਜੇ ਮਾਰ ਰਹੇ ਹੋ ਕਿ ਸਾਡਾ ਵਿਧਾਇਕ ਸਾਰੇ ਇਮਾਨਦਾਰ ਨੇ, ਕੋਈ ਕਿਤੇ ਨੀ ਚੱਲਿਆ, ਫਿਰ ਬਹੁਮਤ ਸਾਬਤ ਕਰਨ ਦੀ ਲੋੜ ਕਿਉਂ ਪੈ ਗਈ ਹੈ? ਤੇ ਦੂਜੇ ਪਾਸੇ ਭਗਵੰਤ ਸਿੰਘ ਮਾਨ ਹੋਣਾ ਦਾ ਇੱਕ ਟਵੀਟ ਆਇਆ, ਮੈਂ ਆਪਣੀ ਟੀਮ ਨੂੰ ਕਹਾਂਗਾ ਉਹ ਵੀ ਜਿਹੜਾ ਦਿਖਾਇਆ ਜਾਵੇ ਟਵੀਟ। ਭਗਵੰਤ ਸਿੰਘ ਮਾਨ ਹੋਣੀ ਰਾਜਪਾਲ ਤੇ ਇਲਜ਼ਾਮ ਲਾਈ ਜਾਂਦੇ ਆ, ਕਹਿੰਦੇ ਰਾਜਪਾਲ ਵੱਲੋਂ ਵਿਧਾਨ ਸਭਾ ਨਾ ਚੱਲਣ ਦੇਣਾ ਦੇਸ਼ ਦੇ ਲੋਕਤੰਤਰ ਤੇ ਵੱਡੇ ਸਵਾਲ ਪੈਦਾ ਕਰਦਾ ਹੈ। ਹੁਣ ਲੋਕਤੰਤਰ ਨੂੰ ਕਰੋੜਾਂ ਦੇ ਚੁਣੇ ਹੋਏ ਪ੍ਰਤੀਨਿਧੀ ਚਲਾਉਣਗੇ ਜਾਂ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤਾ ਹੋਇਆ ਇੱਕ ਵਿਅਕਤੀ? ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਅਣਖੀ ਸਾਹਿਬ ਇਹਦੀ ਨਿਰਪੱਖ ਆਪਾਂ ਗੱਲ ਕਰੀਏ ਤਾਂ ਕੀ ਹੋ ਸਕਦੀ ਹੈ? ਕਿ ਪਹਿਲੀ ਤੇ ਗੱਲ ਇਹ ਹੈ ਕਿ ਇਹ ਸੱਦਿਆ ਕਿਉਂ ਗਿਆ, ਕਿ ਵਾਕਈ ਸਦਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਵੱਲੋਂ, ਵਾਕਈ ਸਦਨ ਦੀ ਲੋੜ ਸੀ? ਤੇ ਜੇ ਰਾਜਪਾਲ ਨੇ ਰੋਕਿਆ ਹੀ ਹੈ, ਕਾਨੂੰਨੀ ਰਾਇ ਲਈ ਹੋਈ ਹੈ ਪਹਿਲਾਂ, ਹਾਲਾਂਕਿ ਮਨਜ਼ੂਰੀ ਦੇ ਦਿੱਤੀ, ਬਾਅਦ ਦੇ ਵਿੱਚ ਵਿਰੋਧੀ ਧਿਰਾਂ ਨੇ ਇਤਰਾਜ਼ ਜਤਾਇਆ, ਫਿਰ ਉਹਨੇ ਕਾਨੂੰਨੀ ਰਾਇ ਲਈ, ਫਿਰ ਉਸ ਤੋਂ ਬਾਅਦ ਜਿਹੜਾ ਰੱਦ ਕੀਤਾ ਗਿਆ, ਤਾਂ ਫਿਰ ਕਿਵੇਂ ਦੇਖਦੇ ਹੋ ਪੂਰੇ ਐਪੀਸੋਡ? ਸੁਖਵਿੰਦਰ ਜੀ, ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਇਹ ਦਿੱਤਾ ਗਿਆ ਦੂਜਾ ਸਿਆਸੀ ਝਟਕਾ ਹੈਗਾ। ਪਹਿਲਾ ਝਟਕਾ ਤੇ ਉਹ ਸੀ ਕਿ ਜਦੋਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਬਿੱਲ ਜਿਹੜਾ ਸੀ ਉਹਦੀ ਫਾਈਲ ਭੇਜੀ, ਬਨਵਾਰੀ ਲਾਲ ਹੋਣਾ ਨੇ ਉਹ ਵਾਪਸ ਕਰਤੀ ਕਿ ਵਿਧਾਨ ਸਭਾ ਦੇ ਸੈਸ਼ਨ 'ਚ ਇਸ ਨੂੰ ਪਾਸ ਕਰਾ ਕੇ ਭੇਜੋ, ਇੱਕ ਝਟਕਾ ਤੇ ਉਹ ਸੀ। ਹੁਣ ਦੂਜਾ ਝਟਕਾ ਆ ਜਿਹੜਾ ਵਿਸ਼ੇਸ਼ ਅਜਲਾਸ ਜਿਹੜਾ ਅੱਜ ਹੋਣਾ ਸੀ ਐਨ ਮੌਕੇ ਤੇ ਰਾਤ ਉਸਨੂੰ ਰੱਦ ਕਰ ਦਿੱਤਾ ਗਿਆ, ਜਦੋਂ ਪ੍ਰੋਫੈਸਰ ਬਲਜਿੰਦਰ ਕੌਰ ਚੀਫ ਵਿਪ ਵੀ ਉਹਨਾਂ ਨੇ ਲਾ ਦਿੱਤੀ, ਸਾਰੀਆਂ ਐਕਟੀਵਿਟੀਜ਼ ਕਰ ਦਿੱਤੀਆਂ ਗਈਆਂ, ਪਰ ਐਨ ਮੌਕੇ ਤੇ ਰਾਜਪਾਲ ਵੱਲੋਂ ਜਿਹੜੀ ਆਪਣੀ ਦਿੱਤੀ ਮਨਜ਼ੂਰੀ, ਪਹਿਲਾਂ ਮਨਜ਼ੂਰੀ ਦਿੱਤੀ, ਉਹ ਵਾਪਸ ਲੈ ਲਈ ਗਈ। ਸੁਖਵਿੰਦਰ ਜੀ, ਪ੍ਰਸ਼ਨ ਤੁਹਾਡਾ ਬਹੁਤ ਲੰਮਾ, ਉਸ ਇਹਨੂੰ ਸਟੈਪ ਬਾਏ ਸਟੈਪ ਆਪਾਂ ਇਸ ਨੂੰ ਡਿਸਕਸ ਕਰਦੇ ਹਾਂ। ਅਗਰ ਵੇਖਿਆ ਜਾਏ ਤਾਂ ਬੀਤੇ ਦੌਰ ਦੇ ਵਿੱਚ ਸਿਰਫ ਤੇ ਸਿਰਫ ਇਹੋ ਜਿਹੇ ਇੰਸੀਡੈਂਟ ਦਿੱਲੀ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਵੇਖੇ ਗਏ ਨੇ। ਲੋਕ ਸਭਾ ਦੇ ਵਿੱਚ ਵੀ ਬੜੀ ਵਾਰੀ ਅਜਿਹੇ ਅਸੀਂ ਕਹਿ ਸਕਦੇ ਹਾਂ ਕਿ ਭਰੋਸੇ ਦਾ ਵੋਟ ਲਿਆ ਕੇ ਇਸ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਲੋਕ ਸਭਾ ਦੇ ਵਿੱਚ, ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਵੀ ਅਜਿਹਾ ਪ੍ਰਦਰਸ਼ਨ ਜਿਹੜਾ, ਅਜਿਹਾ ਵਿਸ਼ੇਸ਼ ਅਜਲਾਸ ਸੱਦ ਕੇ ਭਰੋਸੇ ਦਾ ਵੋਟ ਲੈਣ ਵਾਲਾ ਡਰਾਮਾ ਜਿਹੜਾ ਕੀਤਾ ਜਾਂਦਾ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਆਪਾਂ ਪ੍ਰੋਗਰਾਮ ਕਰਦਿਆਂ ਇੱਕ ਸਮੇਂ ਇਹ ਗੱਲ ਕੀਤੀ ਸੀ ਕਿ ਜਦੋਂ ਆਪਰੇਸ਼ਨ ਲੋਟਸ ਦੇ ਸੰਬੰਧੀ ਪੰਜਾਬ 'ਚ ਗੱਲ ਕੀਤੀ ਤਾਂ ਮੈਂ ਤੁਹਾਨੂੰ ਕਿਹਾ ਕਿ ਵੇਖਿਓ ਤੁਸੀਂ ਅਗਲੇ ਕੁਝ ਦਿਨਾਂ 'ਚ ਦਿੱਲੀ ਵਾਂਗ ਵੀ ਇਸ ਤਰ੍ਹਾਂ ਕੀਤਾ ਜਾਏਗਾ। ਦਿੱਲੀ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ, ਜਦੋਂ ਉੱਥੇ ਸੰਜੇ ਸਿੰਘ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ, ਕਿਹਾ ਸਾਡੇ ਵਿਧਾਇਕ ਖੇੜੇਗੇ, ਤੇ ਉੱਥੇ ਵੀ ਉਹਨਾਂ ਨੇ ਇਹੋ ਜਿਹਾ ਡਰਾਮਾ ਜਿਹੜਾ ਕੀਤਾ। ਹੁਣ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਕੁਦਰਤੀ ਤੌਰ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ,
ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹੋ ਹੀ ਕੁਝ ਕਰਨਾ ਹੈ ਜੋ ਦਿੱਲੀ ਦੇ ਨਿਰਦੇਸ਼ ਉਸ ਨੂੰ ਕਹਿਣਗੇ, ਖਾਸ ਤੌਰ ਤੇ ਅਰਵਿੰਦ ਕੇਜਰੀਵਾਲ। ਤਾਂ ਉਸੇ ਆਧਾਰ ਤੇ ਇਹਨਾਂ ਨੇ ਇੱਥੇ ਵੀ ਅੱਜ ਜਿਹੜਾ ਵਿਸ਼ੇਸ਼ ਅਜਲਾਸ ਜਿਹੜਾ ਸੀ ਉਹ ਸੱਦ ਲਿਆ ਤਾਂ ਜੋ ਉੱਥੇ ਭਰੋਸੇ ਦਾ ਵੋਟ ਲੈ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾ ਸਕੇ ਜਾਂ ਵਿਸ਼ਵਾਸਮੰਦ ਦੱਸਿਆ ਜਾ ਸਕੇ। ਹੁਣ ਜੇਕਰ ਸੰਵਿਧਾਨਕ ਪੱਖ ਤੋਂ ਗੱਲ ਕਰੀਏ ਤਾਂ ਸੁਖਵਿੰਦਰ ਜੀ ਬਿਲਕੁਲ ਤੁਸੀਂ ਠੀਕ ਹੈ ਕਿ ਇਸ ਦੀ ਕੋਈ ਵੀ ਜਿਹੜੀ ਲੋੜ ਸੀ ਉਹ ਨਹੀਂ ਹੈਗੀ, ਕਿਉਂਕਿ ਕੋਈ ਵੀ ਖਤਰਾ ਤੁਹਾਡੀ ਸਰਕਾਰ ਨੂੰ ਨਹੀਂ ਆ। 92 ਦੇ 92 ਵਿਧਾਇਕ ਤੁਹਾਡਾ ਨਾਲ ਇੱਕ ਮੁੱਠ ਨੇ, ਜਿਸ ਤਰੀਕੇ ਨਾਲ ਇਹ ਕਹਿ ਰਹੇ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸੱਦ ਕੇ ਉਹਨਾਂ ਨੂੰ ਮੰਤਰ ਵੀ ਦਿੱਤਾ ਕਿ ਹਾਂ ਵੀ ਸਾਰਿਆਂ ਨੇ ਇਕੱਠੇ ਰਹਿਣਾ, ਤਾਂ ਫਿਰ ਅਜਿਹਾ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਸੀ। ਈਵਨ ਕਿ ਇਸ ਡਰਾਮੇ ਤੋਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਵੀ ਔਖੇ ਸਨ, ਆਪਣਾ ਨਾਮ ਉਹਨਾਂ ਨੇ ਗੁਪਤ ਰੱਖਣ ਦੀ ਸ਼ਰਤ ਤੇ ਇਹ ਗੱਲ ਕਹੀ ਕਿ ਇਹ ਇੱਕ ਮਨੋਰੰਜਨ ਸ਼ੋਅ ਹੈਗਾ ਜਿਹਦੇ ਵਿੱਚ ਭਗਵੰਤ ਮਾਨ ਨੇ ਵੀ ਆਪਣੇ ਆਪ ਨੂੰ ਸ਼ੋਅ ਕਰਨਾ ਸੀ, ਅਮਨ ਅਰੋੜੇ ਨੇ ਵੀ ਬੋਲਣਾ ਸੀ, ਕੁਲਤਾਰ ਸੰਧਵਾ ਨੇ ਵੀ ਮਾਫ ਕਰਨਾ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਬੋਲਣਾ ਸੀ, ਇੱਕ ਡਰਾਮਾ ਜਿਹਾ ਕਰਕੇ ਤੇ ਇੱਕ ਸ਼ਕਤੀ ਪ੍ਰਦਰਸ਼ਨ। ਉਹ ਮੁੱਦੇ ਜਿਹੜੇ ਇਸ ਵੇਲੇ ਜਿਨ੍ਹਾਂ ਤੇ ਪੰਜਾਬ ਸਰਕਾਰ ਘੇਰੀ ਸੀ ਉਹਨਾਂ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਨੂੰ ਲਤਾੜਨ ਲਈ ਇੱਕ ਜਿਹੜੀ ਯੋਜਨਾ ਸੀ ਉਹ ਇਹਨਾਂ ਦੀ ਇਹ ਸੀ। ਪਰ ਜਦੋਂ ਹੁਣ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਜਾਂ ਅਸ਼ਵਨੀ ਜਿਹੜੇ ਸ਼ਰਮਾ ਨੇ ਜਾਂ ਹੋਰ, ਉਹਨਾਂ ਨੇ ਚਿੱਠੀ ਲੈ ਕੇ ਕਿ ਇਹਦੀ ਮੰਗ ਕੀਤੀ ਕਿ ਇਸ ਦੀ ਕੋਈ ਲੋੜ ਜਿਹੜੀ ਨਹੀਂ ਹੈਗੀ, ਤਾਂ ਰਾਜਪਾਲ ਨੇ ਕੁਦਰਤੀ ਤੌਰ 'ਤੇ ਸਤਪਾਲ ਜੈਨ ਜਿਹੜੇ ਨੇ ਉੱਤੇ ਸੋਲੀਸਿਟਰ ਜਨਰਲ ਉਹਨਾਂ ਕੋਲ ਸਲਾਹ ਲਈ। ਈਵਨ ਕਿ ਬੀ ਦਵਿੰਦਰ ਸਿੰਘ ਵਰਗੇ ਵਿਅਕਤੀਆਂ ਨੇ ਵੀ ਇਹ ਗੱਲ ਕਹੀ, ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਇਹ ਗੱਲ ਕਹੀ ਕਿ ਅਜਿਹਾ ਅਜਲਾਸ ਸੱਦਣ ਦੀ ਆਮ ਆਦਮੀ ਪਾਰਟੀ ਨੂੰ ਕੋਈ ਵੀ ਲੋੜ ਜਿਹੜੀ ਆ ਉਹ ਨਹੀਂ ਹੈਗੀ, ਔਰ ਹੈ ਵੀ ਨਹੀਂ। ਸੰਵਿਧਾਨਕ ਤੌਰ 'ਤੇ ਸਰਕਾਰ ਅਜੇ ਪੂਰਨ ਤੌਰ 'ਤੇ ਮਜ਼ਬੂਤੀ ਦੀ ਸਥਿਤੀ ਦੇ ਵਿੱਚ ਹੈ, ਤਾਂ ਫਿਰ ਜਿਸ ਤਰੀਕੇ ਨਾਲ ਆਪਾਂ ਕੱਲ੍ਹ ਗੱਲ ਕਰ ਸਕੇ ਕਿ 75 ਲੱਖ ਰੁਪਈਆ ਇੱਕ ਦਿਨ ਦੇ ਵਿੱਚ ਵੇਸਟੇਜ ਹੋਣਾ ਸੀ। ਸਾਰੇ ਵਿਧਾਇਕਾਂ ਨੇ ਉੱਥੇ ਪਹੁੰਚਣਾ, ਉਹਨਾਂ ਦਾ ਮਾਣ ਪਤਾ ਸੇਵਾ ਫਲ ਜਿਹੜਾ ਔਰ ਗੱਡੀਆਂ ਦੇ ਆਉਣ ਜਾਣ ਦਾ ਖਰਚਾ 75 ਲੱਖ ਦੇ ਕਰੀਬ ਬਣਦਾ, ਤੇ ਉਸਦਾ ਬੋਝ ਸਰਕਾਰੀ ਖਜ਼ਾਨੇ ਤੇ ਪੈਣਾ, ਤੇ ਸਰਕਾਰੀ ਖਜ਼ਾਨਾ ਕਿਹੜਾ ਜਿਹੜਾ ਸਾਡੇ ਵਰਗੇ ਤੁਹਾਡੇ ਵਰਗੇ ਲੋਕ ਟੈਕਸ ਦੇ ਰੂਪ 'ਚ ਜਿਹੜਾ ਸਰਕਾਰ ਨੂੰ ਅਦਾ ਕਰਦੇ ਆ। ਖੈਰ ਹੁਣ ਇਹ ਕੁਝ ਰਾਜਪਾਲ ਨੇ ਇਹਦੇ ਉੱਤੇ ਬੈਨ ਲਾ ਦਿੱਤਾ। ਹੁਣ ਤੁਸੀਂ ਅਗਲਾ ਸਟੈਪ ਤੁਸੀਂ ਇਹ ਵੀ ਵੇਖਿਓ, ਹਮੇਸ਼ਾ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਇਹ ਰਹੀ ਆ, ਜੇਕਰ ਮੈਂ ਦਿੱਲੀ ਦੇ ਸੰਦਰਭ 'ਚ ਵੇਖਾਂ ਕਿ ਹਮੇਸ਼ਾ ਇਹਨਾਂ ਨੇ ਰਾਜਪਾਲ ਨਾਲ ਇੱਕ ਆਡਾ ਜਿਹੜਾ ਜ਼ਰੂਰ ਲਾਇਆ। ਤੁਹਾਨੂੰ ਯਾਦ ਹੋ ਕਿ ਦਿੱਲੀ ਦੇ ਵਿੱਚ ਜਿਹੜੇ ਲੈਫਟੀਨੈਂਟ ਜਨਰਲ ਸਨ, ਜਿਹੜੇ ਉੱਥੋਂ ਦੇ ਗਵਰਨਰ ਕਹੇ ਜਾ ਸਕਦੇ ਨੇ, ਹਮੇਸ਼ਾ ਅਰਵਿੰਦ ਕੇਜਰੀਵਾਲ ਉਹਨਾਂ ਦੇ ਬੂਹ ਦੇ ਅੱਗੇ ਜਾ ਕੇ ਵੀ ਧਰਨਾ ਲਾਉਂਦੇ ਰਹੇ ਆ, ਰਾਤ ਵੀ ਉਹਨਾਂ ਦੇ ਬੂਹ ਦੇ ਅੱਗੇ ਜਾ ਕੇ ਸੌਂਦੇ ਰਹੇ ਨੇ। ਬੀਤੇ ਸਮੇਂ ਦੇ ਵਿੱਚ ਅਜਿਹੀਆਂ ਉਦਾਹਰਨਾਂ ਆਮ ਆਦਮੀ ਪਾਰਟੀਆਂ ਦੀਆਂ ਵੇਖਣ ਨੂੰ ਸਾਨੂੰ ਮਿਲਦੀਆਂ ਰਹੀਆਂ ਨੇ ਦਿੱਲੀ ਦੇ ਪ੍ਰਸੰਗ ਦੇ ਵਿੱਚ। ਹੁਣ ਉਹੋ ਜਿਹੀ ਰਫੜ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਵੀ ਪੰਜਾਬ ਸਰਕਾਰ ਵਰਸਸ ਰਾਜਪਾਲ ਹੋ ਗਿਆ, ਹਾਲਾਂਕਿ ਰਾਜਪਾਲ ਦੇ ਭਗਵੰਤ ਸਿੰਘ ਮਾਨ ਦੇ ਨਾਲ ਜਾਂ ਬੜੇ ਗੂੜੇ ਸੰਬੰਧ ਜਿਹੜੇ ਬੀਤੇ ਦੌਰ 'ਚ ਵੇਖਣ ਨੂੰ ਸਾਨੂੰ ਮਿਲਦੇ ਰਹੇ ਆ, ਦੋਵੇਂ ਇੱਕ ਦੂਜੇ ਨਾਲ ਬੜਾ ਮੁਹੱਬਤ ਪਿਆਰ ਦਾ ਝਲਕਾਰਾ ਜਿਹੜਾ ਪੇਸ਼ ਕਰਦੇ ਰਹੇ ਆ, ਪਰ ਰਾਜਪਾਲ ਵੱਲੋਂ ਦਿੱਤੀ ਗਈ ਮਨਜ਼ੂਰੀ ਨੂੰ ਰੱਦ ਕਰਨਾ ਤੇ ਉਸੇ ਵਕਤ ਭਗਵੰਤ ਸਿੰਘ ਮਾਨ ਦਾ ਇਹ ਟਵੀਟ ਆ ਜਾਣਾ ਕਿ ਲੋਕਤੰਤਰ ਦਾ ਕਤਲ ਆ, ਇਸ ਦਾ ਭਾਵ ਕਿ ਦੋਵਾਂ ਦੇ ਸੰਬੰਧਾਂ ਦੇ ਵਿੱਚ ਜਿਹੜੀ ਖਟਾਸ ਆ ਉਹ ਪੈਦਾ ਹੋ ਗਈ ਆ। ਹੁਣ ਇਸ ਮੁੱਦੇ ਨੂੰ ਵੀ ਆਮ ਆਦਮੀ ਪਾਰਟੀ ਨੇ ਭਣਾਉਣ ਦਾ ਯਤਨ ਕਰਦਾ, ਜਿਸ ਤਰੀਕੇ ਨਾਲ ਅੱਜ ਜਿਹੜੀ ਅਮਨ ਅਰੋੜੇ ਨੇ ਇੰਨੀ ਗੱਲ ਕਹੀ ਕਿ ਕਾਨੂੰਨੀ ਰਾਏ ਲਈ ਜਾ ਰਹੀ ਆ। ਅੱਜ ਇਹ ਵੀ ਹੋ ਸਕਦਾ ਕਿ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਕੈਬਨਿਟ ਆ ਜਾਂ ਜਿਹੜੀ ਕੈਬਨਿਟ ਉਹਨਾਂ ਨੇ ਮੀਟਿੰਗ ਵੀ ਅੱਜ ਸੱਦੀ ਆ ਜਾਂ ਸਾਰੇ ਵਿਧਾਇਕ ਨੇ ਅੱਜ 9 ਵਜੇ ਸਾਰੇ ਵਿਧਾਇਕਾਂ ਨੂੰ ਸੱਦ ਲਿਆ ਗਿਆ, ਜਿਹੜੀ ਉਹਨਾਂ ਨੇ ਵੱਲੋਂ ਵਿਧਾਇਕ ਦਲ ਦੀ ਜਿਹੜੀ ਮੀਟਿੰਗ ਸਾਰੇ ਵਿਧਾਇਕਾਂ ਨੂੰ ਸੱਦ ਲਿਆ ਗਿਆ। ਬਾਹਰ ਕਹਿੰਦੇ ਵਿਧਾਨ ਸਭਾ ਦੇ ਵਿੱਚ ਜਿਹੜੇ ਮੀਟਿੰਗ ਹਾਲ ਹੈ ਉੱਥੇ ਮੀਟਿੰਗ ਜਿਹੜੀ ਹੋ ਸਕਦੀ ਹੈ, ਉਸ ਤੋਂ ਬਾਅਦ 10:30 ਵਜੇ ਕੈਬਨਿਟ ਮੀਟਿੰਗ ਵੀ ਆ। ਹੁਣ ਡਰਾਮਾ ਦੇਖੋ, ਰਾਜਪਾਲ ਨੇ ਸੈਸ਼ਨ ਚਲਾਉਣ ਤੋਂ ਮਨਾ ਕਰ ਦਿੱਤਾ ਤਾਂ ਬਾਹਰ ਹੁਣ ਇਹ ਡਰਾਮਾ ਕੀਤਾ ਜਾਊਗਾ, ਸਾਰੇ ਵਿਧਾਇਕਾਂ ਨੂੰ ਸੱਦਿਆ ਜਾਊਗਾ, ਬੜੇ ਬੜੇ ਵੱਡੇ ਇਲਜ਼ਾਮ ਲਾਏ ਜਾਣਗੇ। ਪਰ ਸਵਾਲ ਫਿਰ ਉਹੀ ਖੜਾ ਹੁੰਦਾ ਹੈ ਕਿ ਭਾਈ ਤੁਹਾਨੂੰ ਕਿਸੇ ਨੇ ਇਹ ਗੱਲ ਕਹੀ ਹੈ ਕਿ ਤੁਹਾਡੇ ਕੋਲੇ ਵਿਧਾਇਕ ਘੱਟ ਗਏ, ਤੁਹਾਡੀ ਸਰਕਾਰ ਡਿੱਗਣ ਵਾਲੀ ਹੈ, ਤੁਹਾਨੂੰ ਕਿਸੇ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਆਪਣਾ ਬਹੁਮਤ ਸਾਬਤ ਕਰੋ, ਜਾਂ ਤਾਂ ਕਿਸੇ ਨੇ ਕਹੀ ਹੋਵੇ ਫਿਰ ਤੁਹਾਨੂੰ ਬਹੁਮਤ ਸਾਬਤ ਕਰਨ ਦਾ ਮੌਕਾ ਨਾ ਦਿੱਤਾ ਜਾ ਰਿਹਾ ਹੋਵੇ, ਫਿਰ ਤੇ ਗੱਲ ਇਹ ਜਿਹੜੀ ਹੈ ਉਹ ਮੰਨੀ ਜਾ ਸਕਦੀ ਹੈ। ਪਰ ਜਦੋਂ ਸਾਫ਼ ਹੈ ਕਿ ਤੁਹਾਡੇ ਕੋਲੇ 92 ਦੇ 92 ਵਿਧਾਇਕ ਪੂਰੇ ਨੇ, ਦੂਜੇ ਪਾਸੇ ਤੁਸੀਂ ਦਮਗਜੇ ਮਾਰ ਰਹੇ ਹੋ ਤੇ ਕਿ ਸਾਡਾ ਇੱਕ ਵੀ ਵਿਧਾਇਕ ਜਿਹੜਾ ਨਾ ਹਿੱਲਿਆ ਨਾ ਹਿੱਲ ਸਕਦਾ, ਇਹ ਕੇਜਰੀਵਾਲ ਦੀ ਫੌਜ ਹੈ, ਇਹ ਕੇਜਰੀਵਾਲ ਦੇ ਸਿਪਾਹੀ ਹੈ, ਤੇ ਜੇ ਸਿਪਾਹੀ ਹੈ ਤੇ ਫਿਰ ਸਿਪਾਹੀਆਂ ਤੇ ਜਾਂ ਤਾਂ ਫਿਰ ਭਰੋਸਾ ਰੱਖੋ ਜਾਂ ਫਿਰ ਤੁਸੀਂ ਕਹਿ ਦਿਓ ਕਿ ਸਾਨੂੰ ਭਰੋਸਾ ਕੋਈ ਨੀ। ਵਿਰੋਧੀ ਤੁਹਾਡੇ ਤੇ ਸਵਾਲ ਚੁੱਕਣ ਕਿ ਭਾਈ ਤੁਹਾਡੇ ਕੋਲੇ ਬਹੁਮਤ ਹੈ ਨੀ, ਜਦੋਂ ਵਿਰੋਧੀ ਨੀ ਤੁਹਾਨੂੰ ਕਹਿ ਰਹੇ ਕਿ ਤੁਹਾਡੇ ਕੋਲੇ ਬਹੁਮਤ ਹੈ ਨੀ, ਬਹੁਮਤ ਤੁਸੀਂ ਆਪ ਜਿਹੜੀ ਦੱਸ ਰਹੇ ਹੋ ਕਿ ਦਮਗਜੇ ਮਾਰ ਰਹੇ ਹੋ ਕਿ ਸਾਡੇ ਸਾਰੇ ਦੇ ਸਾਰੇ ਇਮਾਨਦਾਰ ਕੋਈ ਚੱਲਿਆ ਨੀ, ਫਿਰ ਮੇਰੇ ਸਮਝੋ ਬਾਹਰ ਹੈ ਗੱਲ ਕਿ ਫਿਰ 75 ਲੱਖ ਰੁਪਇਆ ਪਰ ਡੇ ਦਾ ਜਿਹੜਾ ਉਹ ਕਿਉਂ ਲੋਕਾਂ ਦਾ ਜਿਹੜਾ ਖਰਾਬ ਕੀਤਾ ਜਾ ਰਿਹਾ, ਕਿਉਂ ਜਿੱਦ ਕੀਤੀ ਜਾ ਰਹੀ ਹੈ, ਉਹੀ ਜਵਾਕਾਂ ਵਾਲੀਆਂ ਗੱਲਾਂ, ਉਹੀ ਆਪਾਂ ਕਹਿ ਸਕਦੇ ਹਾਂ ਨਾ ਕਿ ਇੱਕ ਤਜਰਬਾ ਵੀ ਸਰਕਾਰ ਚਲਾਉਣ ਦਾ ਤਜਰਬਾ ਵੀ ਜਿਹੜਾ ਉਹ ਮੈਂ ਕਹਿੰਦਾ ਮਾਇਨੇ ਰੱਖਦਾ ਅਣਖੀ ਸਾਹਿਬ, ਨਾ ਤਾਂ ਕੋਈ ਵਿਧਾਇਕ ਤਜਰਬੇ ਵਾਲਾ
ना कोई मंत्री तजर्बे वाला, ना कोई मुख्यमंत्री तजर्बे वाला। इसे करके मैनू लगता इस जिहड़ियां सारियां गल्लां हो रही ने, पहला राजपाल तो बेइज्जती करवा ली है कि तुसीं भाई जिहड़ा रद्द कर दो सैशन रद्द करवा के बेइज्जती करवा ली, हुण जिहड़ा आ चोज करन जा रहे आ विधानसभा हाल दे विच, कहिंदे विधायक दल की मीटिंग करन जा रहे आ, इहदे विच मैनू गल समझो बाहर आ कि आम आदमी पार्टी करना की चाहुंदी है, इहदा लाभ कोई होऊगा, इहदा की सुनेहा जाऊगा लोकां दे विच जिहड़ा ਵਿਧਾਇਕ ਦਲ ਦੀ ਮੀਟਿੰਗ ਸੱਦੀ ਜਾ ਰਹੀ ਹੈ, ਉਸ ਤੋਂ ਬਾਅਦ ਕੈਬਨਿਟ ਮੰਤਰੀਆਂ ਦੀ ਮੀਟਿੰਗ ਹੈ। ਪਰ ਸੁਖਵਿੰਦਰ ਜਿਹੜੀ ਵਿਧਾਨ ਸਭਾ ਦੇ ਬਾਹਰ ਜਿਹੜੀ ਤੁਸੀਂ ਕਹਿ ਰਹੇ ਜੀ ਮੀਟਿੰਗ, ਉਹਨਾਂ ਨੇ ਮੌਕ ਸੈਸ਼ਨ ਕਰਨਾ। ਮੌਕ ਸੈਸ਼ਨ ਉਹ ਹੁੰਦਾ ਹੈ ਕਿ ਜਦੋਂ ਸਰਕਾਰ ਮੰਨ ਲਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਤੇ ਜਿਹੜੇ ਕਾਂਗਰਸ ਤੇ ਜਾਂ ਵਿਰੋਧੀ ਧਿਰ ਆ ਉਹ ਚਾਹੁੰਦੇ ਇਜਲਾਸ ਲਾਉਣ, ਤਾਂ ਇਹ ਇਜਲਾਸ ਉਹਨਾਂ ਨੂੰ ਵੜਨ ਨਹੀਂ ਦਿੰਦੇ, ਤਾਂ ਵਿਰੋਧੀ ਧਿਰ ਜਿਹੜੀ ਆ ਬਾਹਰ ਮੌਕ ਸੈਸ਼ਨ ਚਲਾ ਸਕਦੀ ਹੈ ਸਰਕਾਰ ਦੇ ਵਿਰੁੱਧ। ਤੇ ਇਹ ਇੱਕ ਪਹਿਲੀ ਦਿਲਚਸਪ ਘਟਨਾ ਹੋਵੇਗੀ ਇਤਿਹਾਸ ਦੇ ਵਿੱਚ ਜਦੋਂ ਸਰਕਾਰ ਜਿਹੜੀ ਖੁਦ ਹੀ ਮੌਕ ਸੈਸ਼ਨ ਚਲਾਏਗੀ। ਇਹ ਭਾਰਤ ਦੇ ਸੰਵਿਧਾਨ 'ਚ 70 ਸਾਲਾਂ ਦੇ ਇਤਿਹਾਸ 'ਚ ਪਹਿਲੀ ਘਟਨਾ ਹੋਊਗੀ ਜਦੋਂ ਖੁਦ ਸਰਕਾਰ ਆਪਣੀ ਹੀ ਵਿਧਾਨ ਸਭਾ ਦੇ ਬਾਹਰ ਰਾਜਪਾਲ ਤੋਂ ਬਿਨਾਂ ਮੌਕ ਸੈਸ਼ਨ ਚਲਾਏਗੀ। ਉਹਦੇ ਵਿੱਚ ਕਰਤਾਰ ਸਿੰਘ ਨੂੰ ਇੱਕ ਸਪੀਕਰ ਨਿਰਧਾਰਤ ਕਰ ਦਿੱਤਾ ਜਾਊਗਾ, ਸਾਰਾ ਡਰਾਮਾ ਜਿਹੜਾ ਉਸ ਤਰ੍ਹਾਂ ਹੋਵੇਗਾ। ਔਰ ਬੜੀ ਹੈਰਾਨਗੀ ਦੀ ਗੱਲ ਆ, ਸਰਕਾਰ ਖੁਦ ਸਰਕਾਰ ਮੌਕ ਸੈਸ਼ਨ, ਇਹ ਗੱਲ ਵਾਕਈ ਸਮਝ ਤੋਂ ਬਾਹਰ ਆ ਕਿ ਕੀ ਸਾਬਤ ਕਰਨਾ ਚਾਹੁੰਦੀ ਹੈ। ਸੁਖਵਿੰਦਰ ਜੀ ਸਾਬਤ ਇਹ ਕਰਨਾ ਚਾਹੁੰਦੀ ਹੈ, ਹੁਣ ਜੇ ਸਿੱਧੇ ਸ਼ਬਦ ਜੋ ਮੈਨੂੰ ਸਮਝ ਆਈ ਹੈ ਰਾਤ ਦਾ ਜੋ ਮੈਂ ਐਨਾਲਿਸਿਸ ਕੀਤਾ ਵਿਸ਼ਲੇਸ਼ਣ, ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਨੇ, ਉਹਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਇਸ ਟਵੀਟ ਨੂੰ ਪੜੋ ਧਿਆਨ ਦੇ ਨਾਲ ਜਿਹੜਾ ਭਗਵੰਤ ਸਿੰਘ ਮਾਨ ਨੇ ਕੀਤਾ, ਉਹਨਾਂ ਲੋਕਤੰਤਰ ਦਾ ਕਤਲ ਦੱਸਿਆ, ਤਾਂ ਇਸ ਗੱਲ ਨੂੰ ਉਹਨਾਂ ਨੇ ਉਹਨਾਂ ਰਾਜਾਂ ਦੇ ਵਿੱਚ ਪ੍ਰਚਾਰ ਕਰਨਾ ਕਿ ਵੇਖੋ ਜੇਕਰ ਅਸੀਂ ਨੁਮਾਇੰਦੇ ਜਿੱਤੇ ਹੋਏ ਨੁਮਾਇੰਦਿਆਂ ਦੀ ਜਿਹੜੀ ਹੈਗੀ ਬਹੁਮਤ ਵਾਲੀ ਜਿਹੜੀ ਸਰਕਾਰ ਆ, ਜੇਕਰ ਉਹ ਇਸ ਤਰੀਕੇ ਦਾ ਚਲਾ ਸਕਦੀ ਆ ਤੇ ਭਾਜਪਾ ਜਿਹੜੀ ਆ ਉਹਨਾਂ ਨੂੰ ਡੱਕਦੀ ਆ, ਉਹਨਾਂ ਦਾ ਲੋਕਤੰਤਰ ਦਾ ਘਾਣ ਕਰਦੀ ਆ, ਲੋਕਤੰਤਰ ਕਦਰਾਂ ਕੀਮਤਾਂ ਨੂੰ ਉਚੱਲਣ ਨਹੀਂ ਦਿੰਦੀ, ਉਹਨਾਂ ਦੀ ਹੱਕ ਦੀ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ। ਤੁਸੀਂ ਦੇਖਿਓ ਆਹ ਜਿਹੜਾ ਮੁੱਦਾ ਆ, ਇਸ ਮੁੱਦੇ ਨੂੰ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਦੇ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜ਼ਰੂਰ ਬਣਾਉਣਗੇ ਕਿ ਅਜਿਹਾ ਇੰਸੀਡੈਂਟ ਇਹ ਜਾਣ ਬੁੱਝ ਕੇ ਕੀਤਾ ਗਿਆ ਇਸ ਗੱਲ ਦਾ ਮੈਨੂੰ ਲੱਗਦਾ, ਕਿਉਂਕਿ ਜੋ ਜੋ ਸਥਿਤੀਆਂ ਸਾਹਮਣੇ ਆ ਰਹੀਆਂ ਨੇ, ਤੁਸੀਂ ਇੱਕ ਗੱਲ ਕੀਤੀ ਕਿ ਅਨੁਭਵ ਦੀ ਇਹਨਾਂ ਕੋਲ ਕਮੀ ਆ, ਬਿਲਕੁਲ ਅਨੁਭਵ ਦੀ ਇਹਨਾਂ ਕੋਲ ਕਮੀ ਹੈਗੀ ਆ, ਪਰ ਕਈ ਵਾਰੀ ਸੁਖਵਿੰਦਰ ਜੀ ਜਿਹੜਾ ਬੰਦਾ ਆਪਣਾ ਜ਼ਿਆਦਾ ਚਲਾਕੀਆਂ ਵਿਖਾਉਂਦਾ, ਚਲਾਕੀਆਂ ਦੇ ਵਿੱਚ ਵੀ ਉਹ ਮਾਰਿਆ ਜਾਂਦਾ। ਇਹਨਾਂ ਨੇ ਇਸ ਤਰੀਕੇ ਨਾਲ ਅਜਲਾਸ ਸੱਦ ਕੇ ਉਹ ਜਿਹੜੇ ਪੰਜਾਬ ਦੇ ਭਖਵੇਂ ਮੁੱਦੇ, ਜਿਹਨਾਂ 'ਚ ਫੌਜਾ ਸਿੰਘ ਸਰਾਰੀ ਦਾ ਮੁੱਦਾ, ਵਿਜੇ ਸਿੰਗਲਾ ਦਾ ਮੁੱਦਾ ਜਾਂ ਹੋਰ ਅਜਿਹੇ ਮੁੱਦੇ, ਉਹਨਾਂ ਨੂੰ ਦਬਾਉਣ ਦਾ ਯਤਨ ਤਾਂ ਕਰਦਾ ਹੀ ਕਰਦਾ ਸੀ, ਨਾਲ ਹੀ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਾ ਸੀ। ਹੁਣ ਦੂਜੇ ਪਾਸੇ ਇਹ ਹੋ ਤੁਰੇ ਨੇ, ਰਾਜਪਾਲ ਨੇ ਇਸ ਨੂੰ ਬੰਦ ਕਰ ਦਿੱਤਾ, ਹੁਣ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਕਿ ਵੇਖੋ ਜੀ ਲੋਕਤੰਤਰ ਦਾ ਕਤਲ, ਚੁਣੇ ਹੋਏ ਨੁਮਾਇੰਦੇ ਆਪਣੀ ਆਵਾਜ਼ ਨਹੀਂ ਚੁੱਕ ਸਕਦੇ, ਹੁਣ ਇਹਨਾਂ ਨੇ ਇਸ ਸਥਿਤੀ ਨੂੰ ਆਪਣੇ ਹੱਕ ਵਿੱਚ ਇਸ ਤਰੀਕੇ ਨਾਲ ਭਗਤਾਉਣ ਦਾ ਜਿਹੜਾ ਯਤਨ ਜਿਹੜਾ ਉਹ ਕਰਨਾ ਹੈਗਾ। ਪਰ ਸੁਖਵਿੰਦਰ ਜੀ ਇਹਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਅਨੁਭਵਹੀਨਤਾ ਦਾ ਜਿਹੜਾ ਨਮੂਨਾ, ਉਸ ਦਾ ਪਰਦਾ ਜਿਹੜਾ ਉਹ ਫਾਸ਼ ਹੋ ਗਿਆ। ਬਹੁਤ ਸੋਹਣੀ ਗੱਲ ਕੀਤੀ, ਨਾ ਮੁੱਖ ਮੰਤਰੀ ਨੂੰ ਤਜਰਬਾ, ਨਾ ਇਹਨਾਂ ਦੇ ਮੰਤਰੀਆਂ ਨੂੰ ਤਜਰਬਾ, ਨਾ ਵਿਧਾਇਕਾਂ ਨੂੰ ਤਜਰਬਾ। ਤੇ ਅਜਿਹੀਆਂ ਸਥਿਤੀਆਂ ਦੇ ਵਿੱਚ ਫਿਰ ਸਰਕਾਰ ਦੀ ਜਿਹੜੀ ਕ੍ਰੈਡੀਬਿਲਟੀ ਆ ਉਹਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਣਾ ਸੁਭਾਵਿਕ ਆ। ਸਰਕਾਰ ਨੂੰ ਚਾਹੀਦਾ ਕਿ ਸਸਤੀ ਸ਼ੋ, ਮੈਂ ਇਹ ਵੀ ਕਹਿ ਸਕਦਾ ਕਿ ਸਸਤੀ ਸ਼ੋਹਰਤ ਲੈਣ ਦਾ ਇੱਕ ਸਰਕਾਰ ਦਾ ਅਸੀਂ ਕਹਿ ਸਕਦੇ ਇੱਕ ਡਰਾਮਾ ਸੀ, ਜਿਹੜਾ ਡਰਾਮੇ ਦਾ ਡਰੋਪ ਸੀਨ ਪਹਿਲਾਂ ਹੀ ਕਰ ਦਿੱਤਾ ਗਿਆ ਪਰਦਾ ਚੁੱਕਣ ਤੋਂ ਪਹਿਲਾਂ। ਮੈਨੂੰ ਲੱਗਦਾ ਕਿ ਇਹਨਾਂ ਨੂੰ ਚੇਤਾ ਭੁੱਲ ਗਿਆ ਕਿ ਇਹ ਸਰਕਾਰ ਦੇ ਵਿੱਚ ਨੇ, ਜ਼ਿਆਦਾਤਰ ਕੰਮ ਉਹੀ ਕਰਦੇ ਆ ਜਿਹੜੇ ਇਹਨਾਂ ਨੂੰ ਆਤ ਜੀ ਪਈ ਹੋਈ ਸੀਗੀ ਵਿਰੋਧੀ ਧਿਰ ਦੇ ਵਿੱਚ ਬੈਠ ਕੇ। ਹਾਲਾਂਕਿ ਵਿਰੋਧੀ ਧਿਰ ਦੀ ਭੂਮਿਕਾ ਵੀ ਕੋਈ ਬਹੁਤੀ ਚੰਗੀ ਨਹੀਂ ਨਿਭਾਈ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਇਹਨਾਂ ਨੇ, ਪਰ ਮੈਨੂੰ ਲੱਗਦਾ ਕਿ ਭੁੱਲ ਗਏ ਕਿ ਅਸੀਂ ਸਰਕਾਰ ਦੇ ਵਿੱਚ ਆ, ਜਿਹੋ ਜਿਹੇ ਲੱਛਣ, ਜਿਹੋ ਜਿਹੇ ਮੁੱਖ ਮੰਤਰੀ ਦਾ ਭਾਸ਼ਣ, ਜਿਹੋ ਜਿਹਾ ਮੰਤਰੀਆਂ ਦਾ ਭਾਸ਼ਣ, ਜਿੱਦਬਾਜ਼ੀ, ਹੋਰ ਸਾਰਾ ਕੁਛ, ਇਹ ਚੀਜ਼ਾਂ ਵਿਰੋਧੀ ਧਿਰਾਂ ਕਰਦੀਆਂ ਹੁੰਦੀਆਂ, ਚੀਕਾਂ ਵਿਰੋਧੀ ਧਿਰਾਂ ਮਾਰਦੀਆਂ ਹੁੰਦੀਆਂ, ਸਰਕਾਰਾਂ ਜਾਂ ਸਪਸ਼ਟੀਕਰਨ ਦਿੰਦੀਆਂ ਨੇ ਜਾਂ ਸਰਕਾਰਾਂ ਫਿਰ ਜਿਹੜਾ ਉਹ ਆਪਣਾ ਕੰਮ ਕਰਦੀਆਂ ਨੇ, ਤੇ ਚੀਕਾਂ ਮਾਰਨਾ ਵਿਰੋਧੀ ਧਿਰਾਂ ਦਾ ਕੰਮ ਹੁੰਦਾ। ਵਿਰੋਧੀ ਧਿਰ ਹੱਸ ਰਿਹਾ ਤੇ ਚੀਕਾਂ ਸਰਕਾਰ ਮਾਰ ਰਹੀ ਹੈ, ਇਹ ਗੱਲ ਸਮਝ ਤੋਂ ਬਾਹਰ ਹੈ। ਸੁਖਵਿੰਦਰ ਜੀ ਅਜੇ ਤੁਸੀਂ ਅੱਗੇ ਅੱਗੇ ਦੇਖਿਓ ਕਿ ਆਹ ਹੁਣ ਜਿਹੜੀ ਅੱਜ ਤੋਂ ਜਿਹੜੀ ਪਰੰਪਰਾ ਪੈ ਗਈ ਹੈ, ਇਹ ਅਸਲ 'ਚ ਆਮ ਆਦਮੀ ਪਾਰਟੀ ਦੀ ਦਿਲੀ ਇੱਛਾ ਸੀ ਕਿ ਉਹਨਾਂ ਦਾ ਰਾਜਪਾਲ ਦੇ ਨਾਲ ਬਖੇੜਾ ਕੋਈ ਖੜਾ ਹੋਵੇ ਤਾਂ ਜੋ ਉਹ ਹਰ ਮੌਕੇ ਤੇ ਰਾਜਪਾਲ ਨੂੰ ਘੇਰ ਸਕਣ ਜਾਂ ਭਾਰਤੀ ਜਨਤਾ ਪਾਰਟੀ ਨੂੰ ਘੇਰ ਸਕਣ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹਮੇਸ਼ਾ ਲੈਫਟੀਨੈਂਟ ਜਨਰਲ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਵਿਚਕਾਰ ਹਮੇਸ਼ਾ ਟੱਸਲ ਜਿਹੜੀ ਚੱਲਦੀ ਰਹੀ ਆ, ਉਹੋ ਜਿਹੀ ਸਥਿਤੀ ਹੀ ਪੰਜਾਬ ਦੇ ਵਿੱਚ ਹੁਣ ਬਣ ਜਾ ਰਹੀ ਆ। ਪਰ ਇਹਦੇ ਨਾਲ ਸੁਖਵਿੰਦਰ ਜੀ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਦਾ ਹੋਣਾ, ਬੜੀਆਂ ਅਜਿਹੀਆਂ ਫਾਈਲਾਂ ਨੇ ਜਿਹੜੀਆਂ ਫਾਈਲਾਂ ਰਾਜਪਾਲ ਕੋਲ ਪਈਆਂ ਨੇ, ਜਿਨ੍ਹਾਂ ਦੇ ਵਿੱਚ 36,000 ਮੁਲਾਜ਼ਮਾਂ ਨੂੰ ਪੱਕਿਆਂ ਕਰਨ ਵਾਲੀ ਵੀ ਫਾਈਲ ਰਾਜਪਾਲ ਕੋਲ ਪਈ ਆ, ਉਹਦੇ ਉੱਤੇ ਵੀ ਸਾਈਨ ਜਿਹੜੇ ਅਜੇ ਤੱਕ ਨਹੀਂ ਹੋਏ। ਇਸ ਤੋਂ ਇਲਾਵਾ ਬੜੇ ਅਜਿਹੇ ਮੁੱਦੇ ਨੇ ਜਿਹੜੇ ਮੁੱਦੇ ਰਾਜਪਾਲ ਦੀ ਸਹੀ ਦੇ ਨਾਲ ਹੀ ਸਹੀ ਹੋਣੇ ਆ, ਤੇ ਜੇਕਰ
ਇਹੋ ਜਿਹਾ ਬਖੇੜਾ ਹੀ ਆਮ ਆਦਮੀ ਪਾਰਟੀ ਪਹਿਲੇ ਸਾਲ ਦੇ ਵਿੱਚ ਹੀ ਰਾਜਪਾਲ ਨਾਲ ਖੜਾ ਕਰ ਲੈਂਦੀ ਆ ਤੇ ਫਿਰ ਪੰਜ ਸਾਲ ਜਿਹੜੇ ਨੇ ਬੜੇ ਮੁਸ਼ਕਲ ਚੱਲਣਗੇ, ਚੱਲਦੇ ਜਾਣਗੇ, ਪਰ ਇਹਨਾਂ ਦੀ ਫਾਈਲ ਜਿਹੜੀ ਆ ਉੱਥੋਂ ਤੱਕ ਜਾਏਗੀ, ਉੱਥੋਂ ਵਾਪਸ ਆ ਜਾਏਗੀ, ਫਿਰ ਜਾਏਗੀ ਤੇ ਪਿਸੰਗੇ ਕੌਣ? ਲੋਕ ਲੋਕ ਫਿਰ ਜ਼ਰੂਰ ਪਛਤਾਵਾ ਇਹ ਕਰਨਗੇ, ਜਾਂ ਲੋਕਾਂ 'ਚ ਇਹ ਜ਼ਰੂਰ ਸੁਨੇਹਾ ਜਾਏਗਾ ਕਿ ਹਾਂ ਭਈ ਫਿਰ ਕਦੇ ਵੀ ਜੀਵਨ ਦੇ ਵਿੱਚ ਭਵਿੱਖ 'ਚ ਜੇਕਰ ਵੋਟ ਪਾਉਣੀ ਆ ਤਾਂ ਫਿਰ ਨਵੀਆਂ ਪਾਰਟੀਆਂ ਨੂੰ ਛੱਡ ਕੇ ਹਮੇਸ਼ਾ ਰਵਾਇਤੀ ਪਾਰਟੀਆਂ ਨੂੰ ਵੀ ਪਾਓ, ਤਾਂ ਜੋ ਘੱਟੋ ਘੱਟ ਰਾਜਪਾਲ ਕਿਸੇ ਰਸਤੇ ਦੇ ਵਿੱਚ ਕੋਈ ਬਖੇੜਾ ਖੜਾ ਨਾ ਕਰ ਸਕੇ। ਇਹ ਇੱਕ ਗਲਤ ਮੈਸੇਜ ਜਾਏਗਾ। ਸੋ ਕਹਿਣ ਦਾ ਅਰਥ ਆ ਕਿ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਅਜਿਹੀ ਟੱਸਲ ਰਾਜਪਾਲ ਨਾਲ, ਗਵਰਨਰ ਨਾਲ ਨਾ ਹੀ ਕੀਤੀ ਜਾਵੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਵੇ। ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਪਾਰਟੀ ਦੀ ਗੱਲ ਨਹੀਂ ਮੈਂ ਕਰ ਰਿਹਾ। ਪੰਜਾਬ ਦੇ ਲੋਕਾਂ ਦਾ ਨੁਕਸਾਨ ਨਾ ਹੋਵੇ। ਦੋ ਮੁੱਲਿਆਂ 'ਚ ਮੁਰਗੀ ਹਲਾਲ, ਇੱਕ ਪਾਸੇ ਆਮ ਆਦਮੀ ਪਾਰਟੀ, ਦੂਜੇ ਪਾਸੇ ਗਵਰਨਰ, ਤੇ ਉਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਟਕੇ ਮਸਲੇ ਜਿਨ੍ਹਾਂ ਦਾ ਹੱਲ ਦੋਵਾਂ ਧਿਰਾਂ ਦੀ ਸਹਿਮਤੀ ਨਾ ਹੋਣਾ, ਤੇ ਜੇ ਦੋਵੇਂ ਧਿਰਾਂ ਇੱਕ ਦੂਜੇ ਨੂੰ ਟਕਰਾਵ ਦੀ ਮੁਦਰਾ 'ਚ ਆ ਗਏ, ਆਮ ਆਦਮੀ ਪਾਰਟੀ ਦਾ ਤਾਂ ਨੁਕਸਾਨ ਨਹੀਂ ਹੋਣਾ, ਪਰ ਪੰਜਾਬ ਦੇ ਲੋਕ ਇਸ ਨੁਕਸਾਨ ਨੂੰ ਜ਼ਰੂਰ ਭੁੱਲਣਗੇ। ਤੁਹਾਨੂੰ ਯਾਦ ਹੋਵੇਗਾ ਚਰਨਜੀਤ ਸਿੰਘ ਚੰਨੀ ਦੇ ਸਮੇਂ ਵੀ ਉਹ ਫਾਈਲ ਜਦੋਂ 36,000 ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੇ ਟਾਈਮ ਸੀ, ਅਖੀਰ ਵੇਲੇ ਵਾਪਸ ਕਰ ਦਿੱਤੀ ਗਈ। ਬਹੁਤ ਕੁਝ ਇੱਦਾਂ ਦਾ ਹੁੰਦਾ। ਸੋ ਸਰਕਾਰ ਨੂੰ ਵੀ ਚਾਹੀਦਾ ਤੇ ਦੂਜੇ ਪਾਸੇ ਰਾਜਪਾਲ ਨੂੰ ਵੀ ਚਾਹੀਦਾ ਕਿ ਦੋਵੇਂ ਆਪਣੀ ਸੰਵਿਧਾਨਕ ਮਰਿਆਦਾ ਨੂੰ ਯਾਦ ਰੱਖਦਿਆਂ ਹੋਇਆਂ ਲੋਕਾਂ ਦੀ ਭਲਾਈ ਵਾਸਤੇ ਅਜਿਹੇ ਕੰਮ ਕਰਨ ਕਿ ਲੋਕ ਪ੍ਰਭਾਵਿਤ ਨਾ ਹੋਣ, ਪਾਰਟੀਆਂ ਬੇਸ਼ੱਕ ਪ੍ਰਭਾਵਿਤ ਹੁੰਦੀਆਂ ਰਹਿ। ਜੀ ਬਿਲਕੁਲ। ਤਾਂ ਅਗਲੀ ਖਬਰ ਅਣਖੀ ਸਾਹਿਬ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਕਾਂਗਰਸ ਪ੍ਰਧਾਨ ਨੂੰ ਲੈ ਕੇ ਆ। ਕਾਂਗਰਸ ਪ੍ਰਧਾਨ ਬਦਲਿਆ ਗਿਆ, ਬਦਲਿਆ ਇਸ ਕਰਕੇ ਕਹਿ ਰਹੇ, ਹਾਲਾਂਕਿ ਚੋਣ ਜਿਹੜੀ ਆ ਉਹ ਹੋ ਰਹੀ ਆ ਅਣਖੀ ਸਾਹਿਬ ਹਲੇ, ਪਰ ਇਹ ਗੱਲ ਪੱਕੀ ਆ ਕਿ ਗਾਂਧੀ ਪਰਿਵਾਰ ਦੇ ਵਿੱਚੋਂ ਜਿਹੜਾ ਉਹ ਜਿਹੜਾ ਪ੍ਰਧਾਨਗੀ ਵਾਲਾ ਟੈਗ ਸੀਗਾ ਉਹ ਨਿਕਲ ਗਿਆ। ਹੁਣ ਸ਼ਸ਼ੀ ਥਰੂਰ ਤੇ ਅਸ਼ੋਕ ਗਹਿਲੋਤ ਵਾਲੇ ਪਾਸੇ ਨੂੰ ਜਿਹੜਾ ਉਹ ਕੰਮ ਚੱਲ ਪਿਆ। ਹੁਣ ਇਹਨਾਂ ਦੋਵਾਂ ਦੇ ਵਿੱਚੋਂ ਹੀ ਜਿਹੜਾ ਇੱਕ ਪ੍ਰਧਾਨ ਹੋਊਗਾ, ਤਾਂ ਹੀ ਮੈਂ ਕਹਿ ਰਿਹਾ ਕਿ ਪ੍ਰਧਾਨ ਬਦਲਿਆ ਗਿਆ। ਇਹਨਾਂ ਦੋਵਾਂ ਦੇ ਵਿੱਚੋਂ ਪ੍ਰਧਾਨ ਹੋਊਗਾ, ਗਾਂਧੀ ਪਰਿਵਾਰ ਦਾ ਪ੍ਰਧਾਨ ਨਹੀਂ ਹੋਊਗਾ। ਸੋਨੀਆ ਗਾਂਧੀ ਹੁਣ ਅੱਗੇ ਜਾ ਕੇ ਪ੍ਰਧਾਨ ਨਹੀਂ ਹੋਣਗੇ, ਬਦਲਿਆ ਗਿਆ ਪ੍ਰਧਾਨ। ਸ਼ਸ਼ੀ ਥਰੂਰ ਤੇ ਗਹਿਲੋਤ ਦੇ ਵਿੱਚੋਂ ਇੱਕ ਜਣਾ ਹੋਊਗਾ, ਤੇ ਪਤਾ ਇਹ ਲੱਗਿਆ ਕਿ ਗਾਂਧੀਆਂ ਦੀ ਹਮਾਇਤ ਜਿਹੜੀ ਹੈ ਉਹ ਗਹਿਲੋਤ ਨੂੰ ਜ਼ਿਆਦਾ ਹੈ, ਉਹਨਾਂ ਦੇ ਹਮਾਇਤੀਆਂ ਦੀ ਜਿਹੜੀ ਹੈ ਉਹ ਗਹਿਲੋਤ ਨੂੰ ਜ਼ਿਆਦਾ ਹਮਾਇਤ ਹੈ। ਅਣਖੀ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜਾ ਚਲੋ ਇਹਨਾਂ ਦੋਵਾਂ ਦੇ ਵਿੱਚੋਂ ਜਿਹੜਾ ਵੀ ਚੁਣਿਆ ਜਾਂਦਾ, ਗਾਂਧੀਆਂ ਦੀ ਹਮਾਇਤ ਵਾਲੇ ਦੇ ਜ਼ਿਆਦਾ ਚਾਂਸਿਸ ਨੇ, ਅਸ਼ੋਕ ਗਹਿਲੋਤ ਦੇ ਜ਼ਿਆਦਾ ਚਾਂਸਿਸ ਨੇ, ਪਰ ਜੋ ਟੈਗ ਲੱਗਦੇ ਆ ਰਹੇ ਆ ਲੰਬੇ ਸਮੇਂ ਤੋਂ ਪਰਿਵਾਰਵਾਦ ਦੇ, ਕਾਂਗਰਸ ਦੇ ਉੱਪਰ ਵੀ, ਸੁਖਬੀਰ ਬਾਦਲ ਦੇ ਉੱਪਰ ਵੀ, ਜਿਨ੍ਹਾਂ ਦੇ ਉੱਪਰ ਪਰਿਵਾਰਵਾਦ ਦੇ ਜਿਹੜੇ ਟੈਗ ਲੱਗੇ ਆ, ਤਾਂ ਅਣਖੀ ਸਾਹਿਬ ਤੁਸੀਂ ਦੇਖਿਆ ਕਿ ਦੋਵਾਂ ਪਾਰਟੀਆਂ ਦੇ ਹਾਲਾਤ ਜਿਹੜੇ ਇਸ ਵਕਤ ਬੁਰੇ ਬਣੇ ਹੋਏ ਆ। ਹੁਣ ਜਿਹੜਾ ਇਹ ਟੈਗ ਲਾਇਆ ਜਾ ਰਿਹਾ ਪ੍ਰਧਾਨਗੀ ਵਾਲਾ, ਆਪਣੇ ਕੋਲੋਂ ਲਾ ਕੇ ਦੂਜੇ ਦੇ ਗਲ ਪਾ ਜਾ ਰਿਹਾ, ਹਾਲਾਂਕਿ ਇਹ ਵੀ ਗੱਲ ਲੋਕ ਸੋਚਦੇ ਆ ਕਿ ਪ੍ਰਧਾਨ ਜਿਹੜਾ ਮਾਦੀ ਬਣ ਜਾਏ, ਚੱਲਣੀ ਪਿੱਛੋਂ ਗਾਂਧੀਆਂ ਦੀ ਹੋਈ ਹੈ, ਚੱਲਣੀ ਰਾਹੁਲ ਹੋਣਾ ਦੀ ਹੋਈ ਹੈ, ਤੇ ਇਹ ਵੀ ਗੱਲਾਂ ਸੋਚ ਰਹੇ ਆ। ਪਰ ਫਿਰ ਵੀ ਜੇ ਆਪਾਂ ਦੇਖੀਏ ਕਿ ਇਹ ਜਿਹੜਾ ਕਦਮ ਚੁੱਕਿਆ ਗਿਆ, ਕੀ ਲੱਗਦਾ ਕਿ ਇਹਦੇ ਨਾਲ ਕੋਈ ਫਰਕ ਪਊਗਾ? ਪਰਿਵਾਰਵਾਦ ਦਾ ਜਿਹੜਾ ਟੈਗ ਪ੍ਰਧਾਨਗੀ ਦੇ ਤੋਂ ਲੈ ਰਿਹਾ, ਉਹ ਲੱਗਦਾ ਕਿ ਟੈਗ ਲੈ ਕੇ ਕੋਈ ਨਾ ਕੋਈ ਫਰਕ ਜਿਹੜਾ ਪਊਗਾ ਪਾਰਟੀ ਦੇ ਅੰਦਰ? ਸੁਖਵਿੰਦਰ ਜੀ, ਤੁਸੀਂ ਕੇਵਲ ਦੋ ਪਾਰਟੀਆਂ ਦੀ ਗੱਲ ਕੀਤੀ, ਤੀਜੀ ਪਾਰਟੀ ਜੇਕਰ ਸਮਾਜਵਾਦੀ ਪਾਰਟੀ ਦੀ ਵੀ ਗੱਲ ਕਰੋ ਤਾਂ ਉੱਥੇ ਵੀ ਪਾਰਟੀ ਜਿੱਥੇ ਪਰਿਵਾਰਵਾਦ ਭਾਰੂ ਰਿਹਾ, ਚਾਹੇ ਉਹ ਅਕਾਲੀ ਦਲ ਆ, ਚਾਹੇ ਉਹ ਕਾਂਗਰਸ ਆ, ਚਾਹੇ ਸਮਾਜਵਾਦੀ ਪਾਰਟੀ ਯੂਪੀ ਦੀ ਹੈ, ਜਿੱਥੇ ਪਰਿਵਾਰਵਾਦ ਰਿਹਾ, ਪਾਰਟੀ ਦਾ ਬੇੜਾ ਜਿਹੜਾ ਗਰਕ ਹੋਇਆ ਹੋਇਆ, ਇਹਦੇ 'ਚ ਕੋਈ ਦੋ ਰਹਿਵਾ ਨਹੀਂ। ਹੁਣ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਕੇਂਦਰੀ ਜਿਹੜੀ ਹਾਈਕਮਾਨ ਉਸ ਦੇ ਵਿੱਚ ਗਾਂਧੀ ਪਰਿਵਾਰ ਬੀਤੇ ਅਸੀਂ ਕਹਿ ਸਕਦੇ ਕਿ ਅੱਧੇ 50 ਸਾਲਾਂ ਤੋਂ ਪੂਰਨ ਤੌਰ ਤੇ ਗਾਂਧੀ ਪਰਿਵਾਰ ਦਾ ਕਬਜ਼ਾ ਰਿਹਾ, ਕੇਵਲ ਤੇ ਕੇਵਲ ਉਸ ਵੇਲੇ ਪੀ ਵੀ ਨਰਸਿਮਾ ਰਾਓ ਦੀ ਸਰਕਾਰ ਦੇ ਸਮੇਂ 1992 ਤੱਕ ਤੋਂ ਲੈ ਕੇ ਜਾਂ 95-96 ਤੱਕ ਜਦੋਂ ਸੀਤਾਰਾਮ ਕੇਸਰੀ ਪੰਜਾਬ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਬਣਦੇ ਆ। ਉਸ ਤੋਂ ਬਾਅਦ ਉਹ ਥੋੜ੍ਹਾ ਜਿਹਾ ਦੌਰ ਸੀ ਜਦੋਂ ਗਾਂਧੀ ਪਰਿਵਾਰ ਸਾਈਡ 'ਤੇ ਸੀ ਤਾਂ ਬਾਹਰੀ ਵਿਅਕਤੀ ਆਏ। ਪਰ ਸੁਖਵਿੰਦਰ ਜੀ, ਉਸ ਵਕਤ ਕਿਹਾ ਜਾਂਦਾ ਕਿ ਪੀ ਵੀ ਨਰਸਿਮਾ ਰਾਓ ਦੀ ਸਰਕਾਰ ਬਣਨ ਤੋਂ ਬਾਅਦ ਤੇ ਜਦੋਂ ਗਾਂਧੀ ਪਰਿਵਾਰ ਸੋਨੀਆ ਗਾਂਧੀ ਹਟ ਗਏ, ਸੀਤਾਰਾਮ ਕੇਸਰੀ ਪ੍ਰਧਾਨ ਬਣੇ ਤੇ ਕਾਂਗਰਸ ਕਮਜ਼ੋਰ ਹੋਈ, ਤਾਂ ਫਿਰ ਅਖੀਰ ਤੇ ਜਾ ਕੇ ਇਹਨਾਂ ਲੋਕਾਂ ਨੇ ਜਿਹੜੇ ਖਾਸ ਤੌਰ ਤੇ ਗੁਲਾਮ ਨਬੀ ਆਜ਼ਾਦ ਵਰਗੇ ਬੰਦੇ ਸਨ, ਕਪਿਲ ਸਿੱਬਲ ਵਰਗੇ, ਜਾ ਕੇ ਫਿਰ ਇਹਨਾਂ ਨੇ ਗਾਂਧੀ ਪਰਿਵਾਰ ਨੂੰ ਬੇਨਤੀ ਕੀਤੀ ਕਿ ਨਹੀਂ ਕਮਾਨ ਤੁਸੀਂ ਸੰਭਾਲੋ, ਤਾਂ ਫਿਰ ਕਮਾਨ ਜਿਹੜੀ ਸੋਨੀਆ ਗਾਂਧੀ ਨੇ ਸੰਭਾਲੀ ਤੇ ਫਿਰ 2 ਦਹਾਕੇ 1.5 ਦਹਾਕਾ ਰਾਜ ਵੀ ਜਿਹੜਾ ਉਹਨਾਂ ਨੇ ਕੀਤਾ ਕਾਂਗਰਸ ਪਾਰਟੀ ਨੇ। ਤਾਂ ਸੋ ਅਗਰ ਵੇਖਿਆ ਜਾਏ ਤਾਂ ਗਾਂਧੀ ਪਰਿਵਾਰ ਦੀਆਂ ਜਿਹੜੀਆਂ ਜੜ੍ਹਾਂ ਨੇ ਕਾਂਗਰਸ ਦੇ ਵਿੱਚ ਬੜੀਆਂ ਡੂੰਘੀਆਂ ਨੇ। ਪਰ ਹੁਣ ਬੀਤੇ ਦੌਰ ਦੇ ਵਿੱਚ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਨੂੰ ਉਭਾਰਦੀ ਪਈ ਆ ਤੇ ਭਾਰਤੀ ਜਨਤਾ ਪਾਰਟੀ ਦਾ ਰੱਥ ਵਿਜੇ ਯਾਤਰਾ 'ਚ ਬਦਲਦਾ ਪਿਆ, ਸਾਰੇ ਕਾਂਗਰਸ ਮੁਕਤ ਹੁੰਦੀ ਜਾ ਰਿਹਾ ਭਾਰਤ ਜਿਹੜਾ, ਤਾਂ ਉਸ ਸੰਦਰਭ ਦੇ ਵਿੱਚ ਕੁਦਰਤੀ ਤੌਰ 'ਤੇ ਗਾਂਧੀ ਪਰਿਵਾਰ 'ਤੇ ਵੀ ਉਂਗਲਾਂ ਉੱਠਣੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਤੇ ਇਹ ਮੰਗ ਹੋਣ ਲੱਗ ਪਈ ਕਿ ਜਿਹੜੀ ਪ੍ਰਧਾਨਗੀ ਆ ਹੁਣ ਗਾਂਧੀ ਪਰਿਵਾਰ 'ਚ ਨਾ ਰੱਖੀ ਜਾਵੇ, ਬਾਹਰ ਦਿੱਤੀ ਜਾਵੇ। ਰਾਹੁਲ ਗਾਂਧੀ ਦਾ ਨਾਮ ਵੀ ਆਇਆ ਜਿਸ ਤਰੀਕੇ ਨਾਲ ਕੱਲ੍ਹ ਵੱਖ ਵੱਖ ਰਾਜਾਂ ਦੀਆਂ ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾ ਦਿਓ, ਪਰ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾ ਕੇ ਵੀ ਕਾਂਗਰਸੀ ਜਿਹੜਾ ਸਵਾਦ ਉਹ ਚੱਕ ਚੁੱਕੇ ਆ। ਸੋ ਇਹ ਸਮੇਂ ਦੀ ਲੋੜ ਆ ਕਿ ਗਾਂਧੀ ਪਰਿਵਾਰ ਤੋਂ ਬਾਹਰ
ਜਿਹੜੇ ਪ੍ਰਧਾਨ ਜਿਹੜਾ ਉਹ ਥਾਪਿਆ ਜਾਵੇ ਤਾਂ ਜੋ ਜਿਹੜਾ ਪਰਿਵਾਰਵਾਦ ਦੇ ਇਲਜ਼ਾਮ ਲੱਗਦੇ ਆ ਕਾਂਗਰਸ ਦੇ ਉੱਤੇ ਉਹਨਾਂ ਤੋਂ ਮੁਕਤ ਹੋਇਆ ਜਾ ਸਕੇ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਦਾ ਇਲਜ਼ਾਮ ਕਾਂਗਰਸ ਤੇ ਲਾਉਂਦੀ ਰਹੀ ਹੈ। ਤਾਂ ਦੋ ਨਾਮ ਤੁਸੀਂ ਲਏ, ਸ਼ਸ਼ੀ ਥਰੂਰ ਦਾ ਨਾਮ ਲਿਆ ਤੇ ਅਸ਼ੋਕ ਗਹਿਲੋਤ ਦਾ ਨਾਮ ਲਿਆ ਜਿਹੜੇ ਰਾਜਸਥਾਨ ਦੇ ਮੁੱਖ ਮੰਤਰੀ ਹੈ। ਤੇ ਅਸ਼ੋਕ ਗਹਿਲੋਤ ਅੱਗੇ ਚੱਲਦੇ ਪਏ ਆ ਕਿਉਂਕਿ ਉਹਨਾਂ ਨੂੰ ਗਾਂਧੀ ਪਰਿਵਾਰ ਦਾ ਆਸ਼ੀਰਵਾਦ ਜਿਹੜਾ ਉਹ ਹਾਸਲ ਹੈਗਾ। ਦੂਜੇ ਪਾਸੇ ਸ਼ਸ਼ੀ ਥਰੂਰ ਜਿਹੜਾ ਮਧੂਸੂਦਨ ਮਿਸਤਰੀ ਆ ਉਹਨਾਂ ਨੂੰ ਮਿਲੇ ਨੇ, ਅੱਜ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਜਾਣਾ। ਸੁਖਵਿੰਦਰ ਜੀ, ਗੱਲ ਪ੍ਰਸ਼ਨ ਇਹ ਹੈ ਕਿ ਜੇਕਰ ਅਸ਼ੋਕ ਗਹਿਲੋਤ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਦੇ ਨੇ, ਤੁਹਾਡਾ ਪ੍ਰਸ਼ਨ ਇਹ ਸੀ ਕਿ ਸਥਿਤੀ ਬਦਲੂਗੀ? ਸੁਖਵਿੰਦਰ ਜੀ, ਇਸ ਵੇਲੇ ਜਿਹੜੀ ਕਾਂਗਰਸ ਆ ਉਹ ਆਪਣੇ ਆਖਰੀ ਸਾਹਾਂ ਤੇ ਲੱਗ ਰਹੀ ਹੈ ਟੋਟਲ ਸਾਰੇ ਦੇਸ਼ ਦੇ ਵਿੱਚ। ਰਾਜਸਥਾਨ ਦੇ ਵਿੱਚ ਸਰਕਾਰ ਹਜੇ ਇੱਕ ਦੋ ਥਾਵਾਂ ਤੇ ਹੋਰ ਸਰਕਾਰ ਹੋਊਗੀ, ਤੇ ਦੂਜੇ ਪਾਸੇ ਰਾਹੁਲ ਗਾਂਧੀ ਜਿਹੜੇ ਨੇ ਉਹ ਭਾਰਤ ਯਾਤਰਾ ਤੇ ਨਿਕਲੇ ਨੇ ਰਾਜਸਥਾਨ ਦੇ ਛੱਤੀਸਗੜ੍ਹ ਦੇ ਵਿੱਚ ਹੀ ਬਸ ਜੀ। ਤੇ ਜੇਕਰ ਕੱਲ ਨੂੰ ਅਸ਼ੋਕ ਗਹਿਲੋਤ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਦੇ ਨੇ ਤੇ ਫਿਰ ਰਾਹੁਲ ਗਾਂਧੀ ਦੀ ਕਾਂਗਰਸ ਦੇ ਵਿੱਚ ਕੀ ਪੋਜੀਸ਼ਨ ਰਹਿ ਜਾਂਦੀ ਹੈ? ਪ੍ਰਸ਼ਨ ਇਹਦੇ ਤੇ ਵੀ ਹੈ। ਦੂਜੇ ਪਾਸੇ ਗਾਂਧੀ ਪਰਿਵਾਰ ਦਾ ਆਸ਼ੀਰਵਾਦ ਅਸ਼ੋਕ ਗਹਿਲੋਤ ਨੂੰ ਇਸ ਤਰ੍ਹਾਂ ਪ੍ਰਭਾਵ ਜੇਕਰ ਜਾਏਗਾ ਕਿ ਅਸਲ ਰਿਮੋਟ ਕੰਟਰੋਲ ਤਾਂ ਫਿਰ ਬੀਬੀ ਸੋਨੀਆ ਗਾਂਧੀ ਦੇ ਕੋਲ ਹੀ ਆ, ਤਾਂ ਜਿਹੜਾ ਪ੍ਰਧਾਨ ਬਣਾਇਆ ਗਿਆ ਕੇਵਲ ਇੱਕ ਮਖੌਟੇ ਦੇ ਰੂਪ 'ਚ ਬਣਾਇਆ ਗਿਆ? ਸੋ ਇਹ ਇੱਕ ਪ੍ਰਸ਼ਨ ਜਿਹੜਾ ਮਹੱਤਵਪੂਰਨ ਬੜਾ ਹੈਗਾ। ਤੇ ਦੂਜੇ ਪਾਸੇ ਇਹ ਵੀ ਸੁਖਵਿੰਦਰ ਜੀ ਗੱਲਾਂ ਧਿਆਨ ਦੇਣ ਯੋਗ ਨੇ ਕਿ ਇਹ ਜਿਹੜਾ ਅਹਿਸਾਨ ਹੁੰਦਾ ਕਿ ਜਦੋਂ ਮੈਨੂੰ ਕੋਈ ਬੰਦਾ ਬਣਾਉਂਦਾ ਪ੍ਰਧਾਨ ਬਣਾਉਂਦਾ ਤਾਂ ਮੈਂ ਸ਼ਾਇਦ ਉਹਨਾਂ ਦਾ ਭਗਤ ਰਵਾਂ, ਇਹ ਕੇਵਲ ਉਹਨਾਂ ਸਮੇਂ ਤੱਕ ਹੀ ਰਹਿੰਦੇ ਨੇ ਜਿੰਨਾ ਚਿਰ ਤੱਕ ਲੋਕ ਪ੍ਰਧਾਨ ਨਹੀਂ ਬਣਦੇ। ਇਤਿਹਾਸ ਗਵਾਹ ਆ, ਜਿਸ ਵੀ ਬੰਦੇ ਨੇ ਕਿਸੇ ਨੂੰ ਰਾਜਾ ਬਣਾਇਆ ਉਸ ਰਾਜੇ ਨੇ ਸਭ ਤੋਂ ਪਹਿਲਾਂ ਉਸੇ ਦਾ ਹੀ ਕਤਲ ਜਿਹੜਾ ਸਿਆਸੀ ਕਤਲ ਕੀਤਾ, ਚਾਹੇ ਉਹ LK ਅਡਵਾਨੀ ਹੋਵੇ ਚਾਹੇ ਕੋਈ ਹੋਰ ਬੰਦੇ ਹੋਣ। LK ਅਡਵਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਇੱਕ ਜ਼ਬਰਦਸਤ ਫਤਵਾ ਜਿਹੜਾ ਉਹ ਦਿੱਤਾ ਜਦੋਂ ਅਟਲ ਬਿਹਾਰੀ ਵਾਜਪਾਈ ਨਰਿੰਦਰ ਮੋਦੀ ਨੂੰ ਗੁਜਰਾਤ ਦੀਆਂ ਚੋਣਾਂ ਤੋਂ ਲਾਹ ਦੇਣਾ ਚਾਹੁੰਦੇ ਸਨ, ਤੇ ਜਦੋਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਦੇ ਨੇ ਤੇ LK ਅਡਵਾਨੀ ਉਹਨਾਂ ਦੀ ਪਿੱਠ ਪਿੱਛੇ ਜ਼ਬਰਦਸਤ ਸਮਰਥਨ ਦਿੱਤਾ, ਤੇ ਸਭ ਤੋਂ ਪਹਿਲਾਂ ਜੇਕਰ ਸਿਆਸੀ ਕਤਲ ਹੋਇਆ ਸੀ ਤੇ LK ਅਡਵਾਨੀ ਦਾ ਨਰਿੰਦਰ ਮੋਦੀ ਵੱਲੋਂ ਕਰਕੇ ਉਹਨਾਂ ਨੂੰ ਘਰ ਪਠਾ ਦਿੱਤਾ ਗਿਆ। ਇਹ ਵੀ ਇਤਿਹਾਸ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਰਹੀਆਂ ਨੇ। ਸੋ ਜੇਕਰ ਅਸ਼ੋਕ ਗਹਿਲੋਤ ਹੁਣ ਗਾਂਧੀ ਪਰਿਵਾਰ ਦੇ ਆਸ਼ੀਰਵਾਦ ਨਾਲ ਮੰਨ ਲਓ ਪ੍ਰਧਾਨ, ਹਾਲਾਂਕਿ ਉਹਨਾਂ ਦਾ ਬਣਨਾ ਤੈਅ ਹੋ ਚੁੱਕਾ ਉਹ ਬਣ ਜਾਂਦੇ ਨੇ, ਤਾਂ ਫਿਰ ਇਹ ਵੇਖਣਾ ਹੋਵੇਗਾ ਕਿ ਉਹ ਕਿੰਨਾ ਚਿਰ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਖੇਡਦੇ ਨੇ, ਕਿ ਉਹ ਆਪਣੀ ਪ੍ਰਧਾਨਗੀ ਇੱਕ ਨਿਰਪੱਖ ਤੌਰ ਤੇ ਵਿਕਾ ਸਕਣਗੇ, ਕਿਉਂਕਿ ਕਾਂਗਰਸ ਨੂੰ ਇਸ ਵੇਲੇ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਆ। ਤੇ ਪਰ ਦੂਜੇ ਪਾਸੇ ਕਾਂਗਰਸ ਜਿਹੜੀ ਆ ਅੰਤਮ ਸਮਾਂ ਤੇ ਆ, ਜੋ ਮਰਜ਼ੀ ਕਹਿ ਲਓ ਗਾਂਧੀ ਪਰਿਵਾਰ ਦਾ ਪਰਛਾਵਾਂ ਅੱਜ ਵੀ ਕਾਂਗਰਸ ਦੇ ਉੱਤੇ ਹੈਗਾ, ਇਸ ਗੱਲ 'ਚ ਕੋਈ ਦੋ ਰਹਿਵਾਂ ਨਹੀਂ ਆ, ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦਾ ਹੈਗਾ। ਤੋ ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਇਹ ਵੇਖਣਾ ਹੋਵੇਗਾ ਕਿ ਜੇਕਰ ਗਾਂਧੀ ਪਰਿਵਾਰ ਤੋਂ ਮੁਕਤ ਕਾਂਗਰਸ ਇੱਕ ਨਵਾਂ ਪ੍ਰਧਾਨ ਮਿਲਦਾ, ਅਸ਼ੋਕ ਗਹਿਲੋਤ ਮਿਲਦਾ, ਤਾਂ ਅਸ਼ੋਕ ਗਹਿਲੋਤ ਕੀ ਆਪਣੀ ਉਸ ਭੂਮਿਕਾ ਨਾਲ ਪੂਰਨ ਤੌਰ ਤੇ ਇਨਸਾਫ ਕਰ ਸਕਣਗੇ? ਕੀ ਆਪਣੀ ਜ਼ਿੰਮੇਵਾਰੀ ਪੂਰੀ ਨਿਰਪੱਖਤਾ ਪਾਰਦਰਸ਼ਤਾ ਨਾਲ ਨਿਭਾ ਸਕਣਗੇ, ਜਾਂ ਉਹੀ ਫੈਸਲੇ ਜਿਹੜੇ ਗਾਂਧੀ ਪਰਿਵਾਰ ਜਾਂ ਉਹੀ ਫੈਸਲੇ ਜਿਹੜੇ ਗਾਂਧੀ ਪਰਿਵਾਰ ਕਰਕੇ ਉਹਨਾਂ ਦੇ ਹੱਥ 'ਚ ਫੜਾਏਗਾ ਉਹ ਬੋਲਦਿਆਂ ਕਰ ਦੇਣਗੇ? ਪ੍ਰਸ਼ਨ ਇਹਨਾਂ ਤੇ ਵੀ ਲੱਗਣਗੇ। ਸੋ ਇਹ ਵੇਖਣਾ ਹੋਵੇਗਾ ਕਿ ਆਉਂਦਿਆਂ ਦਿਨਾਂ ਦੇ ਵਿੱਚ ਇਹ ਕਿਸ ਰੁੱਖ ਜਿਹੜਾ ਊਠ ਜਿਹੜਾ ਉਹ ਕਰਵਟ ਦਿੰਦਾ। ਬਾਕੀ ਸੁਖਵਿੰਦਰ ਜੀ, ਇਹ ਵੀ ਗੱਲ ਨਾਲ ਆ ਕਿ ਅਸ਼ੋਕ ਗਹਿਲੋਤ ਤੇ ਪ੍ਰਧਾਨ ਬਣਨ ਦੇ ਨਾਲ ਰਾਜ ਪੱਧਰ ਤੇ ਪ੍ਰਧਾਨ ਵੀ ਬਦਲੇ ਜਾਣਗੇ, ਜਿਹਦੇ ਵਿੱਚ ਕੈਪਟਨ ਰਾਜਾ ਵੜਿੰਗ ਦੀ ਵਾਰੀ ਵੀ ਆ ਸਕਦੀ ਆ, ਬਾਕੀਆਂ ਦੀ ਵਾਰੀ ਆ ਸਕਦੀ। ਤੇ ਸ਼ਾਇਦ ਇਹੋ ਹੀ ਕਾਰਨ ਆ ਰਾਜਾ ਵੜਿੰਗ ਨੇ ਜਿਹੜਾ ਕੱਲ੍ਹ ਫੈਸਲਾ ਕੀਤਾ ਕਿ ਸੂਬਾ ਪ੍ਰਧਾਨ ਚੁਣਨ ਦਾ ਅਧਿਕਾਰ ਜਿਹੜਾ ਬੀਬੀ ਸੋਨੀਆ ਗਾਂਧੀ ਨੂੰ ਹੋਣਾ ਚਾਹੀਦਾ, ਕਿਉਂਕਿ ਜਿਹੜੇ ਸੁਰ ਨੇ ਜਾਂ ਜਿਹੜੀਆਂ ਸਰਗੋਸ਼ੀਆਂ ਨੇ ਉਹ ਵੀ ਉਹਨਾਂ ਨੂੰ ਮੇਰਾ ਖਿਆਲ ਪਤਾ ਲੱਗਦਾ ਜਾ ਰਿਹਾ। ਬਾਕੀ ਇਹ ਹੁਣ ਵੇਖਣਾ ਹੋਵੇਗਾ ਪ੍ਰਧਾਨ ਬਦਲਣ ਨਾਲ ਕੀ ਕਾਂਗਰਸ ਦੁਬਾਰਾ ਆਪਣੀ ਪੁਰਾਣੀ ਉਸ ਸਥਿਤੀ ਵਿੱਚ ਆ ਸਕਦੀ ਹੈ ਜਾਂ ਨਹੀਂ ਆ ਸਕਦੀ, ਇਹ ਹੁਣ ਵੇਖਣਾ ਹੋਵੇਗਾ, ਕਿਉਂਕਿ ਇਸ ਵੇਲੇ ਲੋਕਾਂ ਦਾ ਜਿਹੜਾ ਮੋਹ ਆ ਉਹ ਕਾਂਗਰਸ ਤੋਂ ਬਹੁਤ ਦੂਰ ਤੱਕ ਟੁੱਟਦਾ ਜਾ ਰਿਹਾ, ਪਰਿਵਾਰਵਾਦ ਦੇ ਇਲਜ਼ਾਮ ਜਾਂ ਹੋਰ ਕਈ ਤਰੀਕੇ ਦੀਆਂ ਗੱਲਾਂ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਅਸ਼ੋਕ ਗਹਿਲੋਤ ਕਿਹੋ ਜਿਹੀ ਆਕਸੀਜਨ ਲੈਂਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਹਨਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।